ਹਾਂਜੀ ਕੀ ਨਾਮ ਜੀ ਤੁਹਾਡਾ? ਮੈਂ ਹਰਿੰਦਰ ਸੰਧੂ ਜੀ ਫਰੀਦਕੋਟ ਤੋਂ ਤੇ ਅੱਜ ਮੈਂ ਪਹੁੰਚਿਆ ਬੜੀਪੁਰ। ਤਕਰੀਬਨ ਮੈਨੂੰ ਲੱਗਦਾ ਵੀ 10ਵੀਂ ਵੇਰ ਸ਼ਾਇਦ 8ਵੀਂ 9ਵੀਂ ਵੇਰ ਤਾਂ ਪੱਕਾ ਹੀ ਹੈ ਇਸ ਪਿੰਡ ਦੇ ਵਿੱਚ। ਹਰ ਵੀ ਦਰਬਾਰ ਦੇ ਉੱਤੇ ਹਾਜ਼ਰੀ ਲੱਗਦੀ ਹੈ ਜੀ, ਬਹੁਤ ਪਿਆਰ ਕਰਦੇ ਨੇ ਪਿੰਡ ਵਾਲੇ। ਇਸ ਵਾਰ ਵੀ ਅਸੀਂ ਮੇਲੇ 'ਚ ਪਰਿਵਾਰਕ ਗੀਤਾਂ ਨਾਲ ਤੁਰ ਜਾ ਪੂਰੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ? ਚੰਗਾ ਸੁਣੋ ਜੀ, ਚੰਗਾ ਗਾਓ, ਜੁੜ ਕੇ ਰਹੋ, ਮਿਲ ਕੇ ਰਹੋ, ਵੇਲੇ ਲੱਗਦੇ ਰਹਿਣ, ਖੁਸ਼ੀਆਂ ਲੱਗਦੀਆਂ ਰਹਿਣ, ਅਸੀਂ ਇਹੀ ਦੁਆ ਕਰਦੇ। ਹਰਿੰਦਰ ਸਿੰਘ ਸੰਧੂ ਆ ਰਿਹਾ ਜੀ। ਲੋਕਾਂ ਨੂੰ ਕੁਛ ਅਪੀਲ ਕਰਨਾ ਚਾਹੁੰਦੇ? ਬਸ ਮੇਲੇ ਲਾਓ ਤੇ ਖੁਸ਼ੀ ਹੁੰਦਾ। ਮੇਰਾ ਨਾਮ ਮੰਗਲ ਸਿੰਘ ਜੀ। ਆ ਜਿਹੜਾ ਮੇਲਾ ਵਾਲੇ ਕਿਹੜੀ ਜਗ੍ਹਾ 'ਤੇ ਮੇਲਾ ਹੋਇਆ ਜੀ? ਇਹ ਬਾਬਾ ਮਸੀਤ ਵਾਲਾ ਪਿੰਡ ਵਾਲੀ ਪੁਰ ਜ਼ਿਲ੍ਹਾ ਤਰਨ ਤਾਰਨ ਜ਼ਿਲ੍ਹੇ ਤਰਨ ਤਾਰਨ ਪਿੰਡ ਵਾਲੀ ਪੁਰ ਦੀ ਸਾਧ ਸੰਗਤ ਇਲਾਕਾ ਨਿਵਾਸੀ ਸਾਧ ਸੰਗਤ ਵੱਲੋਂ ਮਨਾਇਆ ਜਾ ਰਿਹਾ। ਕਿੰਨੇ ਸਾਲਾਂ ਤੋਂ ਮੇਲਾ ਚੱਲ ਰਿਹਾ? ਇਹ ਜੀ ਅਸੀਂ ਤਾਂ ਬਹੁਤ ਚਿਰ ਤੋਂ ਚੱਲਣ ਡਿਆ, ਜਦੋਂ ਦੀ ਬਾਬੇ ਦੀ ਪਿੰਡ ਸਾਡਾ ਇਹਦੇ ਨਾਂ 'ਤੇ ਪੀਰ ਦੇ ਨਾਂ 'ਤੇ ਵਸਿਆ, ਉਦੋਂ ਤੋਂ ਮੇਲਾ ਮਨਾਇਆ ਜਾ ਰਿਹਾ। ਲੋਕਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ? ਲੋਕਾਂ ਨੂੰ ਇਹ ਵੀ ਮਹਾਰਾਜ ਦੇ ਦਰਬਾਰ 'ਤੇ ਆਓ, ਗੱਬਾ ਪਾਣੀ ਛਕੋ, ਮਹਾਰਾਜ ਨਾਲ ਜੁੜੋ। ਕੀ ਤੁਹਾਡਾ? ਰਣਜੀਤ ਸਿੰਘ। ਆ ਜਿਹੜਾ ਮੇਲਾ ਹੋ ਰਿਹਾ ਕਿਹੜੀ ਜਗ੍ਹਾ 'ਤੇ ਮੇਲਾ ਹੋ ਰਿਹਾ ਜੀ? ਪਿੰਡ ਵਾਲੀਪੁਰ ਹੋ ਰਿਹਾ ਮੇਲਾ, ਤਪਨਾ ਮੇਲਾ ਕੇ ਮੁਕਲਾ। ਕਿਹੜੀ ਦਰਗਾਹ 'ਤੇ ਜੀ? ਪੀਰ ਬਾਬਾ ਮਸੀਤ ਵਾਲੀ ਪੀਰ 'ਤੇ। ਕਿੰਨਵਾਂ ਮੇਲਾ ਚੱਲ ਰਿਹਾ ਜੀ? ਜਦੋਂ ਦਾ ਸ਼ੁਰੂ ਆ ਹੋ ਰਿਹਾ ਉਹ ਚੇਤੇ ਪੁਰਾਣੇ ਹੋ ਰਿਹਾ। ਇਸ ਸਮੇਂ ਚੱਲਦਾ ਇਸ ਟਾਈਮ 'ਤੇ ਕਿਹੜੇ ਕਿਹੜੇ ਕਲਾਕਾਰ ਪਹੁੰਚੇ? ਅਤੇ ਅੱਜ ਹਰਿੰਦਰ ਸਿੰਘ ਪਹੁੰਚਿਆ ਆ। ਕਿੰਨਾ ਕੁ ਪਿਆਰ ਮਿਲਦਾ ਸੰਗਤ ਨੂੰ? ਬਹੁਤ ਜ਼ਿਆਦਾ ਪਿਆਰ ਮਿਲਿਆ, ਬਹੁਤ ਜ਼ਿਆਦਾ ਮੇਲਾ ਭਰਿਆ ਵਾ, ਵੱਡੀ ਕਾਫੀ ਹੋ ਰਿਹਾ ਵਾ ਸ਼ਾਮ ਨੂੰ। ਲੋਕਾਂ ਨੂੰ ਕੁਛ ਅਪੀਲ ਕਰਨਾ ਚਾਹੁੰਦੇ ਹੋ? ਬਹੁਤ ਵਧੀਆ ਮੇਲਾ ਹੋ ਰਿਹਾ ਵਾ, ਧਾਮਨਾ ਮਨਾਇਆ ਜਾ ਰਿਹਾ। ਅਤੇ ਹੁਣ ਮੂੰਹ ਆ ਕੇ ਪਹੁੰਚੋ, ਮੂੰਹ ਆ ਕੇ ਪਹੁੰਚੋ, ਦਰਸ਼ਨ ਦਿਓ। ਕੱਚ ਦਾ ਗਲਾਸ ਬਚ ਜਾਂਦਾ ਟੁੱਟਣ, ਬਚ ਜਾਂਦਾ ਟੁੱਟਣ, ਡਿੱਗਦੇ ਨੂੰ ਉਹਨੂੰ ਜੇ ਕੋਈ ਪੋਚ ਲੇ, ਉਹਨੂੰ ਜੇ ਕੋਈ ਪੋਚ ਲੇ, ਅੱਧੋ ਵੱਧ ਰੌਲੇ ਮੁੱਕ ਜਾਣਗੇ, ਅੱਧੋ ਵੱਧ ਰੌਲੇ ਮੁੱਕ ਜਾਣਗੇ, ਅੱਧੋ ਵੱਧ ਰੌਲੇ ਮੁੱਕ ਜਾਣਗੇ, ਜੇ ਬੋਲਣੇ ਤੋਂ ਪਹਿਲਾਂ ਬੰਦਾ ਸੋਚ ਲੈਂਦਾ, ਸੋਚ ਲੈ, ਕਹਿੰਦਾ ਟੁੱਟਣੋ ਡਿੱਗਦੇ ਨੂੰ ਉਹਨੂੰ ਜਿੱਗ ਬੋਚ ਲੈ। ਬੱਚਾ ਗਲਾਸ ਬੱਚਾ ਦੱਸਣੋ ਡਿੱਗਦੇ ਨੂੰ।
पिछले सियाला दी सुई जड़ी भी कहती एसी लेना ते लेना भी डेढ़ टन का पता नहीं किहदे करे असीं प्रोग्राम ते गए सी उन्होंने सानूं एसी च पाता कहिंदी जी वेखो किन्नी ठंड आपां भी लैणा एसी मैं कहा भी अपने कोले दो ढाई किले पैड़ी दे आउंदे आपां एसी नहीं लै सकदे बिल बहुत आउंदा कहिंदी नहीं लैणा जी मसां सियाल लगाया हुण गरीब रब भी गरीबां दा वैरी है गर्मी भी छेदी शुरू करदी है वेखो किन्नी गर्मी होगी हुण एसी दी लोड़ पैंदी है सो उह मिहनत तरला जिहा करके टपाउंदा टाइम पर नहीं आखी लगदी फिर उह बणाउंदा किवें बणाउंदा कहिंदा देख साडे बापू हरां कोले किहड़ा एसी हुंदे सी ਉਹ ਫਿਰ ਬਾਪੂ ਹਰਾਂ ਦਾ ਤਰੀਕਾ ਦੱਸਦਾ ਵੀ ਆਪਾਂ ਉਹ ਗਰਮੀ ਤੋਂ ਕਿਵੇਂ ਬਚਦੇ ਸੀ ਉਹ ਕਹਿੰਦੀ ਮੈਂ ਏਸੀ ਲਾਉਣਾ ਉਹ ਵਿਚਾਰਾ ਮਾੜਾ ਮੋਟਾ ਬਰਾਤ ਰੱਖ ਕੇ ਜੇ ਆਪਣੀ ਜ਼ਿੰਦਗੀ ਕਿਵੇਂ ਲੰਘਾਉਂਦਾ ਨਵਾਂ ਦੁਕਾਨਾ ਆਖੀ ਅਸੀਂ ਏਸੀ ਲੈ ਦੇ ਡੇਢ ਟਨ ਦਾ ਵੇ ਤੂੰ ਨੀ ਗੱਲ ਮੰਨਦਾ ਉਹ ਹੁਣ ਏਸੀ ਤਾਂ ਲੈ ਕੇ ਨੀ ਦਿੰਦਾ ਫਿਰ ਕਿਵੇਂ ਸਾਰਦਾ ਦੁਕਾਨ ਨੀ ਦੇਖੋ ਸਾਡਾ ਆਇਆ ਰਿਕਾਰਡ ਕੀ ਆਖੀ ਅਸੀਂ ਏਸੀ ਲੈ ਦੇ ਡੇਢ ਟਨ ਦਾ ਅਸੀਂ ਏਸੀ ਲੈ ਦੇ ਡੇਢ ਟਨ ਦਾ ਅਸੀਂ ਲੈ ਦੇ ਡੇਢ ਟਨ ਦਾ ਵੇ ਤੂੰ ਨੀ ਗੱਲ ਮੰਨਦਾ ਉਹ ਮੈਂ ਨੀ ਗੱਲ ਮੰਨਦਾ ਜਾ ਮੈਂ ਨੀ ਮੰਨਦਾ ਕਿਉਂ ਨੀ ਮੰਨਦਾ ਵੀ ਦੱਸ ਕਿਉਂ ਨੀ ਮੰਨਦਾ ਮੇਰੀ ਮਰਜ਼ੀ ਕਿਉਂ ਤੇਰੀ ਮਰਜ਼ੀ ਬੱਚੇ ਰੋਈ ਜਾਂਦੇ ਗਰਮੀ ਹੋ ਗਈ ਨੀ ਫਿਰ ਮੈਂ ਰੋਊਂਗਾ ਪਹਿਲਾਂ ਮੈਨੂੰ ਇਹ ਦੱਸ ਤੂੰ ਕਿਉਂ ਰੋਏਗਾ ਕਹਿੰਦੀ ਤੂੰ ਕਿਉਂ ਰੋਏਗਾ ਨੀ ਮੈਂ ਉਦੋਂ ਰੋਊਂਗਾ ਪਹਿਲੀ ਗੱਲ ਤਾਂ ਮੈਂ ਜਿੱਦੇ ਦੀ ਵਿਆਹੀ ਆਈ ਉਹਨੂੰ ਰੋਂਦਾ ਹੀ ਵੇਰੀ ਹੈ
आज जिन्ने सामने व्याह बैठे मैंने एक भी हंसता बता दे, जे कोई हस रहा तो घर वाली देखी गई होगी, कितने व्याह तो बाद हसना सौखा कि कमली ना हो गए तो नहीं मैं उदो रोऊंगा नी जदों नी जदों नी जदों नी जदों आए जदों फिर ले आऊंगा भाई। किन्नी बारी क्या करता फिर स्टेज ते ना दिया करो मारे दिल का बंदा पता नहीं की हो जूगा। ਵੀ ਆਖਿਆ ਸੀ ਏਸੀ ਲੈ ਕੇ ਡੇਢ ਟਨ ਦਾ ਏਸੀ ਲੈ ਕੇ ਡੇਢ ਟਨ ਦਾ ਵੇ ਤੂੰ ਨੀ ਗੱਲ ਮੰਨਦਾ ਮੁੜ ਕੇ ਨੇ ਬੁਰਾ ਹਾਲ ਕੀਤਾ ਤਨ ਦਾ ਦੇਖੀ ਫਾਇਦਾ ਤਨ ਦਾ ਦੇਖੀ ਫਾਇਦਾ ਤਨ ਦਾ ਤੇ ਗਰਮੀ ਨੇ ਚਾੜ ਦੇਣਾ ਗੱਡੀ ਨਾ ਗਰਮੀ ਨੇ ਚਾੜ ਦੇਣਾ ਗੱਟੀ ਨਾਰ ਨੂੰ ਪਿੱਛੋਂ ਫਿਰੀ ਮੁੱਕਦਾ ਵੇ ਪਿੱਛੋਂ ਫਿਰੀ ਮੁੱਕਦਾ ਤਾਰਿਆਂ ਦੀ ਛਾਵੇਂ ਹੈ ਨਜ਼ਾਰਾ ਪੈਣ ਦਾ ਨੀ ਮੈਂ ਤਾਂ ਰੋਜ਼ ਦੱਸਦਾ ਜੇ ਚੰਨ ਤੇਰੇ ਵੱਲ ਵੇਖੇ ਚੋਰੇ ਅੱਖਣਾ ਨੀ ਤੇਰਾ ਕੀ ਕੱਸਦਾ ਬੱਦਲਾਂ ਦੇ ਓਲੇ ਆਪੇ ਹੋ ਜੂ ਫਰਕੀ ਨੀ ਵੇਖਣਾ ਅੱਗ ਗੁੱਤਦਾ ਬੱਦਲਾਂ ਦੇ ਓਲੇ ਆਪੇ ਹੋ ਜੂ ਠਰਕੀ ਨੀ ਵੇਖਣਾ ਅੱਗ ਗੁੱਤਦਾ ਨੀ ਕੋਠੇ ਤੇ ਨੀ ਕੋਠੇ ਤੇ ਕੋਠੇ ਤੇ